ਚੜ੍ਹਦੇ ਤੇ ਲਹਿੰਦੇ ਪੰਜਾਬ ਨੂੰ ਰਾਣੇ ਇਜਾਜ਼ ਵੱਲੋਂ ਜੀ ਆਇਆਂ ਨੂੰ ਜੁਗ ਜੁਗ ਜੀਓ, ਜਿਉਂਦੇ ਵੱਸਦੇ ਰਹੋ। ਅਤੇ ਮੇਰੇ ਵੱਲੋਂ ਪੂਰੀਆਂ ਤਿਆਰੀਆਂ ਦੇ ਨਾਲ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਿ ਤੁਹਾਨੂੰ ਭਰਪੂਰ ਤਰੀਕੇ ਦੇ ਨਾਲ ਜਿਹੜਾ ਆ ਉਹ ਇੰਟਰਟੇਨ ਮੈਂ ਕਰਦਾ ਰਹਾਂ। ਤੁਹਾਡੇ ਚਿਹਰਿਆਂ 'ਤੇ ਹਾਸੇ ਰਹਿਣੇ ਚਾਹੀਦੇ ਆ, ਅਤੇ ਮੇਰੇ ਹੁੰਦਿਆਂ ਜਦੋਂ ਤੱਕ ਇਹ ਜਿਹੜੇ ਸਾਹ ਨੇ ਚੱਲਦੇ ਨੇ, ਮੈਂ ਕੋਸ਼ਿਸ਼ ਕਰੂੰਗਾ ਕਿ ਤੁਹਾਡੇ ਚਿਹਰਿਆਂ 'ਤੇ ਕਦੀ ਕੋਈ ਦੁੱਖ ਤਕਲੀਫ ਜਿਹੜਾ ਆ ਉਹ ਕਦੀ ਵੀ ਨਾ ਆਵੇ। ਲਓ ਜੀ, ਅੱਜ ਦੀ ਕਾਲ ਜਿਹੜੀ ਹੈ ਬੜੀ ਮਜ਼ੇਦਾਰ ਹੋਣ ਜਾ ਰਹੀ ਹੈ, ਅਤੇ ਮੈਂ ਮਿਲਾਊਂਗਾ ਕਾਲ, ਅਤੇ ਤੁਸੀਂ ਕਰੋਗੇ ਮੇਰਾ ਚੈਨਲ ਜਿਹੜਾ ਸਬਸਕ੍ਰਾਈਬ, ਅਤੇ ਨਾਲ ਘੰਟੀ ਦਾ ਬਟਨ ਜਿਹੜਾ ਆ ਉਹ ਜ਼ਰੂਰ ਦਬਾਉਣਾ ਹੈ। ਲਓ ਜੀ, ਆਪਾਂ ਫਿਰ ਕਾਲ ਮਿਲਾਉਂਦੇ ਹਾਂ ਜੀ। ਸਲਾਮ ਅਲੈਕੁਮ। ਵਸਲਾਮ ਵਸਲਾਮ, ਕੀ ਹਾਲ ਚਾਲ ਆ ਜੀ? ਅੱਲਾ ਸ਼ੁਕਰ, ਅੱਲਾ ਸ਼ੁਕਰ ਭਾਈ। ਸਿਹਤਾਂ ਠੀਕ ਨੇ ਜੀ? ਦੁਆਵਾਂ ਸਰ, ਦੁਆਵਾਂ। ਤਬੀਤਾਂ ਠੀਕ ਨੇ ਜੀ? ਬਿਲਕੁਲ। ਉਹ ਮੁਸਨ ਉਹ ਪੁੱਤਰ ਵੇਖ, ਸ਼ਾਪਰ ਲਾ ਰਹਾ ਨਾ। ਹੈਲੋ, ਹਾਂਜੀ, ਸਲਾਮ ਅਲੈਕੁਮ ਜੀ। ਹਾਂਜੀ ਹਾਂਜੀ, ਕੀ ਹਾਲ ਚਾਲ ਆ? ਅੱਲਾ ਸ਼ੁਕਰ ਭਾਈ, ਦੁਆਵਾਂ ਤੜੀਆਂ। ਕੰਮ ਸ਼ਮ ਠੀਕ ਆ ਜੀ? ਜੀ ਬੜੀ ਰਹਿਮਤ ਭਾਈ, ਬੜੀ ਰਹਿਮਤ। ਅਤੇ ਮੈਂ ਪੁੱਛਣਾ ਸੀਗਾ, ਭਲਾ ਆਪਣੇ ਕੋਲ ਫਰਿੱਜ ਹੈ ਜੀ? ਜੀ ਫਰਿੱਜ ਹੈ ਭਾਨ, ਸਾਰੀਆਂ ਫਰਿੱਜਾਂ ਨੇ, ਸਾਰੀਆਂ ਕੁਪਨੀ ਦੀਆਂ। ਤੇ ਫੁੱਲ ਸਾਈਜ਼ ਹੈ ਜੀ? ਫੁੱਲ ਸਾਈਜ਼ ਹੈ ਭਾਨ, ਫੁੱਲ ਸਾਈਜ਼ ਹੈ, ਸਮਾਲ ਸਾਈਜ਼ ਹੈ, ਮੀਡੀਅਮ ਵੀ ਹੈ, ਸਾਰੀਆਂ ਨੇ। ਤੇ ਗੀਜ਼ਰ ਜੀ? ਗੀਜ਼ਰ ਵੀ ਹੈ ਸਰ, ਫਰਿੱਜ ਵੀ ਹੈ, ਏਸੀ ਵੀ ਹੈ, ਰੂਮ ਕੂਲਰ ਨੇ ਭਾਨ। ਅੱਛਾ ਅੱਛਾ ਅੱਛਾ, ਆਰਡਰ ਹੁਕਮ ਕਰੋ। ਤੇ ਇਹ ਕੀ ਆਪਣਾ ਕਿਸ਼ਤਾਂ ਦਾ ਚੱਕਰ ਹੁੰਦਾ ਜੀ? ਇੰਸਟਾਲਮੈਂਟ ਭਾਨ, ਸਾਡਾ ਕਾਰਪੋਰੇਸ਼ਨ ਦਾ ਕੰਮ ਹੈ ਨਾ। ਹਾਂਜੀ, ਦੋ ਗਰੰਟੀਆਂ ਭਾਨ ਲਈਦੀਆਂ ਨੇ। ਅੱਛਾ ਜੀ। ਔਰ 35% ਤੇ ਅਸੀਂ ਦਿੰਦੇ ਚੀਜ਼। ਅੱਛਾ ਜੀ। ਯਾਨੀ ਫਰਜ਼ ਕਰ ਲਓ ਤੁਸੀਂ 1 ਲੱਖ ਰੁਪਏ ਚੀਜ਼ ਲਈ ਹੈ, ਤੇ ਅਸੀਂ 1,35,000 ਰੁਪਏ ਦਿੰਦੇ ਹਾਂ ਇੰਸਟਾਲਮੈਂਟ ਤੇ। ਇਹ ਕਿੰਨੇ ਮਹੀਨੇ ਦੀ ਕਿਸ਼ਤਾਂ ਜੀ? 1 ਸਾਲ ਦੀ ਸਰ, 1 ਸਾਲ ਦੀ। ਤੇ ਜੇ ਬੰਦਾ ਕੋਈ 6 ਮਹੀਨੇ 'ਚ ਕਰ ਲਵੇ ਜੀ? ਉਹ ਫਿਰ 22% ਹੋ ਜਾਂਦਾ, ਗਰੰਟੀ ਨਾਲ ਦੋ ਗਰੰਟੀਆਂ ਹੋਣ ਤੇ ਉਹ ਚੀਜ਼ ਲੈ ਲਓ ਤੁਸੀਂ। ਅੱਛਾ ਅੱਛਾ ਅੱਛਾ। ਤੇ ਪੱਖਾ ਵੀ ਹੈਗਾ ਜੀ ਛੱਤ ਵਾਲਾ? ਜੀ ਸਰ, ਕਾਰਪੋਰੇਸ਼ਨ ਨੇ ਪੱਖੇ ਵੀ ਨੇ, ਜੂਸਰ ਮਸ਼ੀਨ ਵੀ ਹੈ, ਓਵਨ ਨੇ, ਮਾਈਕਰੋ ਓਵਨ ਵੀ ਹੈ, ਸਪੋਰਟਸ ਸਾਈਕਲ ਵੀ ਹੈ, ਜੋ ਤੁਹਾਨੂੰ ਚਾਹੀਦਾ ਪੈਂਤ ਸ਼ਰੀਫ ਲਿਆਓ। ਹਾਂ ਹਾਂ ਹਾਂ, ਕੌਣ ਸਾਹਿਬ ਬੋਲ ਰਹੇ ਹੋ? ਰਾਣਾ ਇਜਾਜ਼ ਗੱਲ ਕਰ ਰਿਹਾ ਜੀ। ਅੱਛਾ ਅੱਛਾ ਜੀ, ਹਾਂਜੀ ਹਾਂਜੀ ਹਾਂਜੀ। ਹੁਕਮ ਸਰ, ਹੁਕਮ ਕੀ ਚਾਹੀਦਾ ਤੁਹਾਨੂੰ? ਆ ਜਾਓ, ਤਸ਼ਰੀਫ ਲਿਆਓ। ਨਹੀਂ ਚਾਹੀਦਾ ਤਾਂ ਕੁਛ ਵੀ ਨਹੀਂ ਜੀ। ਅੱਛਾ ਹਾਂਜੀ, ਨਹੀਂ ਤੁਸੀਂ ਪੁੱਛ ਲਓ ਨਾ, ਏਸੀ, ਫਰਿੱਜ, ਰੂਮ ਕੂਲਰ, ਕੋਈ ਚੀਜ਼ ਜੋ ਕੀ ਚਾਹੀਦਾ ਤੁਹਾਨੂੰ ਪਾਣੀ ਦੇ ਦੇਣਗੇ। ਆ ਜਾਓ, ਕੋਈ ਸ਼ੈ ਨਹੀਂ ਚਾਹੀਦੀ। ਨਹੀਂ ਮੇਰਾ ਤੁਸੀਂ ਮੇਰੇ ਤੁਸੀਂ ਮੇਰਾ ਮਤਲਬ ਸਮਝੇ, ਤੁਸੀਂ ਕਰ ਰਹੇ ਨਾ ਵੀ ਚੀਜ਼ਾਂ ਪੁੱਛ ਰਹੇ ਸਰ, ਮੈਂ ਕਿਹਾ ਸਰ ਚੀਜ਼ ਸਾਡੇ ਕੋਲ ਹੈਗੀ ਮੌਜੂਦ ਹੈ। ਅਰੇ ਮੈਨੂੰ ਕੁਛ ਨਹੀਂ ਚਾਹੀਦਾ ਜੀ, ਤੁਹਾਡੀ ਗੱਲ ਨਹੀਂ, ਤੁਸੀਂ ਫੋਨ ਕੀਤਾ ਨਾ ਚੀਜ਼ਾਂ ਵਾਸਤੇ। ਅਰੇ ਉਹ ਵੈਸੇ ਹੀ ਮੈਂ ਵਿਹਲਾ ਬੈਠਾ ਸੀ, ਮੈਂ ਕਿਹਾ ਜੀ ਚਲੋ ਕਿਸੇ ਨੂੰ ਫੋਨ ਕਰ ਲੈਂਦੇ ਹਾਂ, ਅਤੇ ਫੋਨ ਤੁਹਾਨੂੰ ਮਿਲ ਗਿਆ। ਮੈਂ ਕਿਹਾ ਚਲੋ ਗਰਮੀ ਬਹੁਤ ਹੈ, ਏਸੀ ਦਾ ਹੀ ਪੁੱਛ ਲਈਏ, ਫਰਿੱਜ ਦਾ ਪੁੱਛ ਲਈਏ। ਏਸੀ ਪੈਣ, ਸਾਰੀਆਂ ਕੰਪਨੀਆਂ ਦੇ ਏਸੀ ਹੈਗੇ ਨੇ, ਜਿਹੜਾ ਤੁਹਾਨੂੰ ਚਾਹੀਦਾ ਹੈ ਤੁਹਾਨੂੰ ਅਸੀਂ ਮੰਗਵਾ ਕੇ ਨਹੀਂ ਦਿੰਦੇ, ਸਾਡੇ ਕੋਲ ਮੌਜੂਦ ਹੁੰਦੇ ਨੇ, ਤੁਸੀਂ ਲੈ ਲਓ। ਨਹੀਂ ਨਹੀਂ ਚਾਹੀਦਾ ਜੀ। ਨਹੀਂ ਤਾਂ ਫੋਨ, ਤੁਸੀਂ ਫੋਨ ਕਰ ਰਹੇ ਹੋ ਨਾ, ਪੈਣ ਨੇ ਟਾਈਮ ਵੇਸਟ ਕੀਤਾ ਤੁਸੀਂ ਇੰਨਾ ਸਾਰਾ। ਦੇਖੋ ਨਹੀਂ, ਉਹ ਵੈਸੇ ਹੀ ਫੋਨ ਕੀਤਾ ਸੀ ਜੀ ਮੈਂ, ਬਸ ਉਹ ਮੇਰੀ ਆਦਤ ਆ, ਕਈ ਵਾਰੀ ਮੈਂ ਫੋਨ ਐਵੇਂ ਕਰਕੇ ਨਾ ਲੋਕਾਂ ਨਾਲ ਗੱਲਾਂ ਕਰਦਾ ਰਹਿੰਦਾ ਹੁੰਦਾ। ਅੱਛਾ ਜੀ, ਉਹ ਦਵਾਈ ਖਾਂਦਾ ਨਾ ਜੀ ਮੈਂ। ਮਾਸ਼ਾਅੱਲਾ, ਵਿਹਲੇ ਰਹਿਣ ਦੀ ਦਵਾਈ ਖਾਂਦੇ ਹੋ ਜੀ? ਡਾਕਟਰ ਨੇ ਮੈਨੂੰ ਕਿਹਾ ਤੂੰ ਨਾ ਦਰਾ ਆਰੇ ਲੱਗਿਆ ਰਿਹਾ ਕਰ। ਨਹੀਂ ਤੇ ਆਰੇ ਕਿਸੇ ਵਿਹਲੇ ਬੰਦੇ ਨੂੰ ਫੋਨ ਕਰੀ ਦਿੰਦਾ, ਸਾਡੀ ਕਾਰਪੋਰੇਸ਼ਨ ਕੰਮ ਦਾ ਟਾਈਮ ਹੈ ਭਾਨ। ਹਾਂ, ਤੁਸੀਂ ਫੋਨ ਕਰ ਰਹੇ ਹੋ ਤੋਂ ਸਾਰੀ ਚੀਜ਼ਾਂ ਪੁੱਛ ਰਹੇ ਹੋ। ਹਾਂ, ਤੇ ਤੁਸੀਂ ਕਹਿਣਾ ਕੁਛ ਵੀ ਨਹੀਂ ਲੈ ਰਹੇ, ਕੁਛ ਵੀ ਨਹੀਂ ਲੈ ਰਹੇ। ਅਰੇ ਸ਼ਾਇਦ ਕੋਈ ਨਹੀਂ ਚਾਹੀਦੀ ਮੈਨੂੰ। ਅਜੀਬ ਆਦਮੀ ਹੋ ਯਾਰ ਤੁਸੀਂ, ਇੰਨਾ ਟਾਈਮ ਵੇਸਟ ਕਰਨ ਤੋਂ ਬਾਅਦ ਤੁਸੀਂ ਕਹਿ ਰਹੇ ਹੋ ਕੁਛ ਨਹੀਂ ਲੈਣਾ। ਨਹੀਂ ਸ਼ਾਇਦ ਕੋਈ ਨਹੀਂ ਚਾਹੀਦੀ, ਦਵਾਈ ਖਾਣਾ ਨਾ ਮੈਂ। ਉੱਤੇ ਦਵਾਈ ਕਿਸੇ ਹੋਰ ਸ਼ਾਦੀ ਖਾ ਲਓ, ਤੁਸੀਂ ਵਿਹਲੇ ਵਿਹਲੇ ਰਹਿਣ ਦੀ ਦਵਾਈ ਖਾ ਰਹੇ ਹੋ। ਮੇਰੇ ਜ਼ਿਹਨ ਦਾ ਮਸਲਾ ਮੈਨੂੰ, ਉੱਤੇ ਪੈਣ ਕਿਤੇ ਹੋਰ ਫੋਨ ਕਰ ਲੈਣਾ ਸੀ। ਮੇਰਾ ਜ਼ਿਹਨ ਠੀਕ ਨਹੀਂ ਰਹਿੰਦਾ। ਓਏ ਮੋਸਨ, ਓਏ ਪਿਕਅਪ ਆ ਕੇ ਕਰ ਨੂੰ, ਪਿਕਅਪ ਵਾਲੇ ਨੂੰ। ਤੂੰ ਕੈਸਾ ਵਿਹਲਾ ਆਦਮੀ ਯਾਰ, ਸਾਰੀਆਂ ਚੀਜ਼ਾਂ ਦਾ ਰੇਟ ਪੁੱਛ ਕੇ ਉਸ ਤੋਂ ਬਾਅਦ ਤੂੰ ਕਹਿ ਰਿਹਾ ਕੁਛ ਨਹੀਂ ਲੈਣਾ। ਤਬੀਅਤ ਠੀਕ ਨਹੀਂ ਨਾ ਰਹਿੰਦੀ ਮੇਰੀ। ਉਹ ਤਾਂ ਤਬੀਅਤ ਨਹੀਂ, ਕਿਸੇ ਡਾਕਟਰ ਨੂੰ ਚੈੱਕ ਕਰਾ ਲੈਣਾ। ਉਹਨੇ ਕਿਹਾ ਕਿ ਬਿਜ਼ੀ ਰਿਹਾ ਕਰ, ਲੋਕਾਂ ਨੂੰ ਫੋਨ ਕਰਿਆ ਕਰ।
ਉੱਤੇ ਬਿਜ਼ੀ ਰਹਿਣਾ ਇਹ ਕੀ ਤਰੀਕਾ ਹੈਗਾ ਕਾਰੋਬਾਰੀ ਬੰਦੇ ਨੂੰ ਤੂੰ ਫੋਨ ਕਰ ਰਿਹਾ ਫ੍ਰਿਜ ਭਲਾ ਕਿੰਨੇ ਦੀ ਭਾਜੀ ਫ੍ਰਿਜ ਤੈਨੂੰ ਮੈਂ ਕਿਉਂ ਦੱਸਾਂ ਕਿੰਨੇ ਦੀ ਹੈ ਤੂੰ ਜੇ ਲੈਣੀ ਨਹੀਂ ਨਹੀਂ ਫੇਰ ਵੀ ਦੱਸੋ ਕਿੰਨੇ ਦੀ 350 ਦੀ ਤੇਰੇ ਵਾਸਤੇ ਤੂੰ ਉਹ ਵੀ ਨਹੀਂ ਲੈਣੀ ਰੂਮ ਕੂਲਰ 150 ਦਾ ਹੀ ਲੈਣਾ ਹੀ ਉਹ ਵੀ ਨਹੀਂ ਲੈਣਾ ਤੂੰ ਵੇਲਿਆ ਸਿਰੇ ਤੂੰ ਪੁੱਛਣ ਲਈ ਫੋਨ ਕਰਨਾ ਹੈ ਤਬੀਅਤ ਨਹੀਂ ਠੀਕ ਰਹਿੰਦੀ ਤਬੀਅਤ ਨਹੀਂ ਠੀਕ ਰਹੀ ਤੇ ਮਰ ਜਾ ਮੇਰੇ ਲੋਂ ਮੈਨੂੰ ਫੋਨ ਕਰ ਰਹੀ ਤੂੰ ਕਰ ਕੰਮ ਕੰਮ ਦਾ ਟਾਈਮ ਹੈਗਾ ਵਾਸ਼ਿੰਗ ਮਸ਼ੀਨ ਦੇ ਨਾਲ ਓਵਨ ਨੇ 12 ਫ੍ਰੀ ਤੂੰ ਉਹ ਵੀ ਨਹੀਂ ਲੈਣੇ ਸਾਈਕਲ ਕਿੰਨੇ ਦਾ ਜੀ ਸਾਈਕਲ ਤੇ ਤੂੰ ਬਸ ਸਾਈਕਲ ਵੇਖ ਕਿ ਕਿੱਧਰ ਜਾ ਰਹੇ ਨੇ ਤੇਰਾ ਕੀ ਤਾਲਕ ਸਾਈਕਲ ਨਾਲ ਪੈਦਲ ਫਿਰਨ ਵਾਲਿਆ ਫੋਨ ਚੁੱਕ ਕੇ ਮਲਾਲਾ ਕਾਰਪੋਰੇਸ਼ਨ ਤੇ ਤੁਹਾਡੀ ਦੁਕਾਨ ਕਿਰਾਏ ਦੀ ਜੀ ਨਹੀਂ ਜੀ ਹੈ ਹੀ ਨਹੀਂ ਦੁਕਾਨ ਹੀ ਨਹੀਂ ਹੈਗੀ ਸਮਾਨ ਹੀ ਨਹੀਂ ਹੈਗਾ ਜੋ ਤੂੰ ਲੈਣਾ ਹੀ ਨਹੀਂ ਤੈਨੂੰ ਕਿਉਂ ਦੱਸਾਂ ਤੁਸੀਂ ਮਾਲਕ ਹੋ ਜੀ ਇੱਥੇ ਅੱਲਾ ਮਾਲਕ ਹੈ ਤੂੰ ਪੁੱਛਣ ਵਾਲਾ ਦਵਾਈ ਖਾਣਾ ਨਾ ਜੀ ਮੈਂ ਦਵਾਈ ਤੇ ਖਾ ਦਵਾਈ ਸਾਰੇ ਦਵਾਈ ਖਾਈ ਜਾਂਦਾ ਆਪਣੀ ਵੀ ਖਾ ਦਵਾਈ ਵੀ ਤੂੰ ਕਿਸੇ ਦੀ ਖਾਣਾ ਹੋਏਗਾ ਕੈਸਾ ਯਾਰ ਤੂੰ ਨਲਾਇਕ ਆਦਮੀ ਹੈ ਲੱਗਦਾ ਪੂਰੇ ਖਾਨਦਾਨ 'ਚ ਵਿਹਲਾ ਬੰਦਾ ਸਿਰਫ ਤੂੰ ਹੈ ਆਪਣੇ ਕੋਲ ਫਰਨੀਚਰ ਵੀ ਹੁੰਦਾ ਜੀ ਨਹੀਂ ਹੁੰਦਾ ਮੇਰੇ ਕੋਲ ਕੁਛ ਹੈ ਹੀ ਕੋਈ ਨਹੀਂ ਮੈਂ ਵੀ ਨਹੀਂ ਹੈਗਾ ਇੱਥੇ ਹੁਣ ਲੱਗਦਾ ਤੇਰਾ ਵੀ ਕੁਛ ਨਹੀਂ ਹੈਗਾ ਉਹ ਕੱਪੜੇ ਪਾਏ ਨੇ ਕਿ ਨਹੀਂ ਦਵਾਈ ਖਾਣਾ ਨਾ ਜੀ ਦਵਾਈ ਖਾਣਾ ਤੇ ਮੇਰੇ ਲਈ ਖਾਣਾ ਡਾਕਟਰ ਨੇ ਦੱਸਿਆ ਆਪਣੀ ਵੀਡੀਓ ਕਾਲ ਕਰ ਤੇਰੇ ਮੈਂ ਮੂੰਹ ਵੇਖਾ ਤੇਰਾ ਤੇਰਾ ਤੇਰੀ ਸ਼ਕਲ ਕਿਹੋ ਜੀ ਹੈ ਡਾਕਟਰ ਨੇ ਦੱਸਦਾ ਕਿ ਫੋਨ ਕਰਕੇ ਲੋਕਾਂ ਨੂੰ ਪਾਗਲ ਕਰ ਦੇ ਮੈਂ ਬਹੁਤ ਸੋਹਣਾ ਜੀ ਆਵਾਜ਼ ਤੇ ਤੇਰੀ ਜ਼ਰਾ ਨਹੀਂ ਸੋਹਣੀ ਆਵਾਜ਼ ਤੇ ਲੱਗਦਾ ਤੂੰ ਹਾਕਰ ਹੈ ਕੋਈ ਮਾਲ ਗੱਡੀ ਚਲਾਉਂਦਾ ਹੋਏਗਾ ਅਜੀਬ ਆਦਮੀ ਯਾਰ ਇੰਨੀਆਂ ਚੀਜ਼ਾਂ ਤੈਨੂੰ ਮੈਂ ਦੱਸੀਆਂ ਇੱਕ ਸ਼ੈਨ ਲੈਣੀ ਉਹ ਕਦੀ ਕੋਈ ਜੁੱਤੀ ਖਰੀਦੀ ਕੱਪੜਾ ਖਰੀਦੇ ਕੋਈ ਮੈਂ ਦਵਾਈ ਕਰਨਾ ਨਾ ਜੀ ਉਹ ਮਰੇ ਤੇਰੀ ਦਵਾਈ ਲੈ ਕੇ ਬਹਿ ਗਈ ਮੈਨੂੰ ਤੂੰ ਮੇਰੇ ਲਈ ਵੀ ਲੈ ਆ ਮੈਂ ਵੀ ਤੇਰੇ ਵਰਗਾ ਹੋ ਗਿਆ ਤੁਸੀਂ ਵੀ ਦਵਾਈ ਖਾਂਦੇ ਹੋ ਜੀ ਨਹੀਂ ਮੈਂ ਨਹੀਂ ਖਾਣਾ ਮੈਂ ਜ਼ਹਿਰ ਖਾਣਾ ਜ਼ਹਿਰ ਜ਼ਹਿਰ ਕੀ ਪਾ ਚੱਲਣ ਡਿਆ ਜੀ ਅੱਜ ਕੱਲ੍ਹ ਮੁਫਤ ਹੈ ਤੂੰ ਉਹ ਵੀ ਨਹੀਂ ਲੈਣਾ ਸੜਕ ਤੇ ਡਿੱਗਾ ਪਿਆ ਹੋਵੇ ਨਾ ਕੋਈ ਚੀਜ਼ ਤੂੰ ਵੀ ਨਹੀਂ ਚੁੱਕਣੀ ਕਿਉਂਕਿ ਮੁਫਤ ਹੈ ਤੂੰ ਵੀ ਨਹੀਂ ਲੈਣੀ ਤੇਰੇ ਕਹਿੰਦੇ ਖਿਆਲੀ ਬਾਹਰੋਂ ਸਾਰੀ ਜ਼ਿੰਦਗੀ ਚੱਕਰ ਲਾ ਆਉਂਦੇ ਨੇ ਇਸਤਰੀ ਭਲਾ ਕਿਨੇ ਦੀ ਜੀ ਇਸਤਰੀ ਅਸੀਂ ਵੰਡ ਰਹੇ ਆ ਜੁਮੇਰਾਤ ਨੂੰ ਆ ਜਾ ਲੈ ਅੱਲਾ ਵਾਸਤੇ ਵੰਡ ਰਹੇ ਆ ਅੱਲਾ ਵਾਸਤੇ ਤੂੰ ਉਹ ਵੀ ਨਹੀਂ ਲੈਣੀ ਦਵਾਈ ਖਾਣਾ ਨਾ ਜੀ ਉਹ ਦਵਾਈ ਦੇ ਨਾਲ ਕੋਈ ਦੁੱਧ ਵੀ ਪੀਆ ਕਰ ਕੱਲੀ ਦਵਾਈ ਖਾਈ ਜਾਣਾ ਮਰੇ ਮੇਰੇ ਕੰਮ ਦਾ ਨਾਮ ਓਏ ਬਸ਼ੀਰ ਅਯਾ ਪੱਖਾ ਸੈੱਟ ਕਰ ਤੁਸੀਂ ਕਦੀ ਦਵਾਈ ਖਾਧੀ ਸੀ ਮੈਂ ਖਾਵਾਂਗਾ ਦਵਾਈ ਤੇਰੇ ਮੈਂ ਦੱਸਾਂਗਾ ਮੈਂ ਦਵਾਈ ਖਾਧੀ ਏ ਔਰ ਦਵਾਈ ਖਾ ਕੇ ਤੇਰੇ ਮੈਂ ਸ਼ੀਸ਼ੇ ਤੋੜਾਂਗਾ ਜਿੱਥੇ ਤੂੰ ਰਹਿਣਾ ਕਿੱਥੇ ਰਹਿਣਾ ਤੂੰ ਮੈਨੂੰ ਆਪਣਾ ਐਡਰੈਸ ਦੇ ਮੈਂ ਚੀਜ਼ਾਂ ਲੈ ਕੇ ਉੱਥੇ ਆਵਾਂ ਤੇਰੇ ਕੋਲ ਮੈਂ ਕਿਤੇ ਵੀ ਨਹੀਂ ਰਹਿੰਦਾ ਜੀ ਨਹੀਂ ਰਹਿੰਦਾ ਤੇ ਫਿਰ ਹਵਾ 'ਚ ਫਿਰਨਾ ਖਿਆਲੀ ਆਦਮੀ ਹੈ ਤੂੰ ਇੱਕ ਖਿਆਲੀ ਆਦਮੀ ਤੇਰੇ ਕਹਿੰਦੇ ਸੜਕ ਤੇ ਤੁਰੇ ਤੁਰੇ ਜਾਂਦੇ ਦਰਖਤ ਵੀ ਖਰੀਦ ਲੈਂਦੇ ਨੇ ਦਰਖਤ ਵੀ ਉਹ ਖਰੀਦ ਰਹੇ ਜਿਹਨਾਂ ਨਾਲ ਕੋਈ ਫਰੂਟ ਨਹੀਂ ਲੱਗਦਾ ਇਹ ਸਫੈਦੇ ਮੇਰੇ ਨੇ ਜੀ ਆ ਕਿੱਕਰ ਮੇਰੇ ਨੇ ਜੀ ਕਿਉਂ ਮੇਰਾ ਬਲੱਡ ਪ੍ਰੈਸ਼ਰ ਹਾਈ ਕਰ ਰਿਹਾ ਹੈ ਦਵਾਈ ਖਾ ਲਓ ਕਾਲੀ ਖਾਣਾ ਦਵਾਈ ਮੈਂ ਮਰਨ ਦੀ ਦਵਾਈ ਖਾਣਾ ਕਿੰਨੇ ਨੰਬਰ ਦਿੱਤਾ ਤੈਨੂੰ ਮੇਰਾ ਉਹ ਕਿਤੋਂ ਹੋਰ ਲੈ ਲਾ ਲੈਣਾ ਕੀ ਤੂੰ ਕੱਟਾ ਲੈਣਾ ਕੱਖ ਵੀ ਨਹੀਂ ਲੈਣਾ ਤੂੰ ਜਿਹੜੇ ਕਿ ਬੰਦੇ ਪੈਰਾਂ ਤੇ ਛਾਪਰ ਪਾ ਕੇ ਕਹਿੰਦੇ ਨੇ ਮੈਂ ਡੌਨ ਕਾਰਲਸ ਦੇ ਸ਼ੂਜ਼ ਪਾਏ ਨੇ ਗਰੀਬਾ ਇੱਕ ਗਰੀਬ ਹੁੰਦਾ ਜਿਸ ਕੋ ਪੈਸੇ ਨਹੀਂ ਹੁੰਦੇ ਤੂੰ ਜ਼ਿੰਨੀ ਗਰੀਬ ਹੈ ਭਾਜੀ ਗੁੱਸਾ ਨਾ ਕਰੋ ਮੈਂ ਕਿਉਂ ਨਾ ਕਰਾਂ ਗੁੱਸਾ ਭਾਜੀ ਪਾਗਲਾਂ ਤਰ੍ਹਾਂ ਬੋਲੀ ਜਾ ਰਹੇ ਹੋ ਤੁਸੀਂ ਪਾਗਲ ਨਹੀਂ ਮੈਂ ਪਾਗਲ ਤਾਂ ਕਿਤਾ ਤੂੰ ਮਨੂੰ ਮੇਰੇ ਕੰਮ ਉਹ ਬਸ਼ੀਰ ਹਾਂਜੀ ਭਾਜੀ ਓਏ ਇਹਨੂੰ ਸਾਈਡ ਤੇ ਕਰ ਲੈ ਕੌਣ ਮੰਗਣਾ ਦੇ ਤੂੰ ਭਾਜੀ ਕੋਲ ਰੈਡੀ ਕਰਦੀ ਆ ਕਿ ਇਹਦੇ ਤੋਂ ਪੈਂਦੇ ਨੂੰ ਅੱਲਾ ਇਹਨੂੰ ਮੇਰੇ 2 ਰੁਪਏ ਤੇ ਜਿਹੜਾ ਫੋਨ ਕਰਨ ਡਿਆ ਇੱਕ ਠੀ ਪਾਏ ਦੇ ਫੋਨ 'ਚ ਵੀ ਸੁੱਟ ਉਹ ਤੂੰ ਬੋਲ ਕਿੱਥੋਂ ਰਿਹਾ ਭਾਈ ਕਿੱਥੋਂ ਬੋਲ ਰਿਹਾ ਮੈਂ ਪਾਗਲਖਾਨੇ 'ਚੋਂ ਫਿਰ ਤੂੰ ਸਹੀ ਬੋਲ ਰਿਹਾ ਮੇਰੇ ਕੋਲ ਪੁੱਛ ਲੈ ਮੈਂ ਕਿੱਥੋਂ ਬੋਲ ਰਿਹਾ ਤੁਸੀਂ ਕਿੱਥੋਂ ਬੋਲ ਰਹੇ ਜੀ ਮੈਂ ਵੀ ਪਾਗਲ ਕਾਰਪੋਰੇਸ਼ਨ ਤੋਂ ਬੋਲ ਰਿਹਾ ਪਾਗਲ ਕਾਰਪੋਰੇਸ਼ਨ ਵੇਖੀ ਤੂੰ ਤੇਰੇ ਫੋਨ ਤੋਂ ਬਾਅਦ ਮੈਂ ਚੀਜ਼ਾਂ ਸਾਰੀਆਂ ਭੰਨਣੀਆਂ ਹੀ ਤੋੜਨੀਆਂ ਹੀ ਏ ਜਦੋਂ ਕਾ ਕਿਹੋ ਜਾਣੇ ਨੇ ਇਹਦੇ ਵਿੱਚ ਚੀਜ਼ਾਂ ਦਾ ਕੀ ਫਾਇਦਾ ਮੰਮੀ ਦਵਾਈ ਖਾਣ ਲੱਗਈ ਬੇੜਾ ਕਰ ਕੋ ਤੇਰੀ ਦਵਾਈ ਦਾ
ਦਿਨੇ ਕੇ ਬੰਦੇ ਨੇ ਹਸਪਤਾਲ ਜਾ ਕੇ ਕਿਸੇ ਮਰੀਜ਼ ਦੀ ਦਵਾਈ ਵੀ ਖਾ ਜਾਂਦੇ ਨੇ, ਉਹ ਹੋਰ ਮਜ਼ੀਦ ਬਿਮਾਰ ਹੁੰਦਾ ਵਿਚਾਰਾ। ਕਿੱਥੋਂ ਚੰਬੜ ਗਿਆ ਮੈਨੂੰ ਤੂੰ ਸਵੇਰੇ ਸਵੇਰੇ। ਭਾਜੀ ਦਵਾਈ ਖਾ ਲਓ। ਮੈਂ ਖਾਣ ਲੱਗਾ ਆਪਣੇ ਰਿਸ਼ਤੇਦਾਰਾਂ ਦੀ ਦਵਾਈ ਮੈਂ ਖਾ ਜਾਣੀ ਹੈ। ਕਿੱਥੋਂ ਟੱਕਰ ਗਿਆ ਮੈਨੂੰ। ਲੈ ਲਾ ਅੱਲਾ ਵਾਸਤੇ ਕੋਈ ਚੀਜ਼ ਲੈ ਲਾ, ਤੈਨੂੰ ਖੁਦਾ ਦਾ ਵਾਸਤੇ ਕੋਈ ਸ਼ਹਿਰ ਲੈ ਲਾ, ਉਹ ਫ੍ਰੀ ਲੈ ਲਾ, ਕੋਈ ਗਰੰਟੀ ਨਹੀਂ ਹੈਗੀ, ਤੈਨੂੰ ਕੋਈ 35% ਨਹੀਂ ਪੈਣਾ, ਤੈਨੂੰ ਮੁਫਤੀ ਦੇਣੀ ਹੈ। ਇਸਤਰੀਆਂ ਲੈ ਜਾ, ਫਰਿੱਜਾਂ ਲੈ ਜਾ, ਤੇਰਾ ਹੀ ਸਾਰਾ ਕੁਛ ਹੈ। ਕਿਤੇ ਮਗਰੋਂ ਲੈ ਜਾ ਮੇਰੇ ਭਾਜੀ। ਅੱਜ ਤੋਂ ਕਿਹੜਾ ਭਾਜੀ ਮਰ ਗਿਆ ਭਾਜੀ ਤੇਰਾ। ਭਾਜੀ ਮੈਂ ਰਾਣਾ ਇਜਾਜ਼ ਗੱਲ ਕਰ ਰਿਹਾ। ਭਾਜੀ ਰਾਣਾ ਇਜਾਜ਼ ਕਿਹੜਾ ਰਾਣਾ ਇਜਾਜ਼। ਭਾਜੀ ਮੈਂ ਰਾਣਾ ਰਾਣੇ ਨੂੰ ਜਾਂਦਾ ਯਾਰ। ਭਾਜੀ ਮੈਂ ਰਾਣਾ ਇਜਾਜ਼ ਗੱਲ ਕਰ ਰਿਹਾ। ਤੁਹਾਡੇ ਨਾਲ ਇੱਕ ਛੋਟਾ ਜਿਹਾ ਸ਼ੁਗਲ ਕੀਤਾ ਸੀ। ਤੁਹਾਡੇ ਸਾਹਮਣੇ ਜਿਹੜੀ ਦੁਕਾਨ ਹੈ ਨਾ ਭਾਜੀ ਗਾਰਮੈਂਟਸ ਦੀ, ਭਾਜੀ ਉਹਨਾਂ ਨੇ ਤੁਹਾਡਾ ਨੰਬਰ ਦਿੱਤਾ ਸੀਗਾ। ਮੈਂ ਮਾਫੀ ਚਾਹੁੰਦਾ ਭਾਜੀ। ਹੱਥੋਂ ਕੀ ਯਾਰ। ਅਤੇ ਉਹ ਨਾ ਮੈਨੂੰ ਤੁਹਾਡੀ ਸਾਰੀ ਡਿਟੇਲ ਪਹਿਲੇ ਪਤਾ ਲੱਗ ਗਈ ਸੀਗੀ ਕਿ ਸੀਨ ਕੀ ਚੱਲਦਾ ਹੈ। ਉਹ ਕਹਿੰਦੇ ਸੀ ਗੱਲ 'ਤੇ ਬੜਾ ਤਪਦੇ ਆ। ਭਾਜੀ ਮੈਨੂੰ ਜਾਣਦੇ ਆ, ਮੈਂ ਆਪਣੇ ਦੋਸਤਾਂ ਨੂੰ ਇੱਦਾਂ ਜਿੱਦਾਂ ਤੁਹਾਨੂੰ ਕਾਲ ਕੀਤੀ ਨਾ ਇੱਦਾਂ ਕਾਲਾਂ ਕਰਦਾ। ਮੈਨੂੰ ਸਮਝ ਨਹੀਂ ਆ ਰਹੀ ਉਹ ਜਿਹੜੀ ਸਦਕੇ ਵਾਲੀ ਕਾਲ ਬੜੀ ਦੇਰ ਪਹਿਲੇ ਮੈਂ ਸੁਣੀ ਸੀ। ਹਾਂਜੀ 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 ਉਹ ਮੇਰੀ ਕਾਲ ਸੀ ਭਾਜੀ। ਉਹ ਤੇਰੀ ਖੈਰ ਹੋਵੇ, ਮਾਤਾ ਹੀ ਮੈਨੂੰ ਕਸਮ ਹੈ। ਕੁਛ ਸੱਚੀ ਮੈਨੂੰ ਮੈਂ ਖੱਪ ਗਿਆ ਅੱਲਾ ਦੀ ਗੱਲ, ਮੈਂ ਦਵਾਈ ਖਾਣ ਵਾਲਾ ਹੋ ਗਿਆ ਕਸਮ ਹੈ। ਆਹ ਆਦਮੀ ਤੂੰ ਬੱਬਰ ਸ਼ੇਰ ਹੈ, ਮੈਨੂੰ ਪਹਿਲੇ ਦੱਸ ਦੇ ਕਿ ਤੂੰ ਕਰਨੀ ਕੌਣ ਯਾਰ। ਹੋਰ ਭਾਜੀ ਕੰਮ ਚਮ ਠੀਕ ਹੈ? ਕੰਮ ਖਰਾਬ ਹੋ ਗਿਆ ਤੇਰੀ ਵਜ੍ਹਾ ਤੋਂ, ਕੋਈ ਸ਼ਾਇਰੀ ਪਾਤੀ ਹੈ। ਸਿਹਤ ਵੀ ਠੀਕ ਰਹਿੰਦੀ ਭਾਜੀ? ਸ਼ੁਕਰ ਦੁਆ ਤੇਰੀ ਯਾਰ, ਮਾਸ਼ਾਅੱਲਾ ਮਸ਼ਹੂਰ ਆਦਮੀ ਵੀਰੇ, ਤੂੰ ਤੇ ਤੇਰਾ ਬੜਾ ਨਾਂ ਹੈ ਭਾਈ। ਸ਼ੁਕਰੀਆ ਭਾਜੀ ਸ਼ੁਕਰੀਆ। ਵਾਹ 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 ਕੀ ਬਾਤ ਹੈ, ਮੈਨੂੰ ਦੱਸ ਦੱਸ ਫਿਰ ਮੈਂ ਗੁੱਸਾ ਨਹੀਂ ਕਰਨਾ। ਅੱਛਾ ਨਹੀਂ 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 ਆਹ ਨਾ ਕਿਸੇ ਖਾਣਾ ਛਾਣਾ ਖਾ ਮੁੰਡੇ ਖੁਸ਼ ਹੋ ਜਾਣਗੇ। ਉਹ ਰਾਣਾ ਜਾਦਾ ਨਹੀਂ ਹੋ ਹਾਂਜੀ ਹਾਂਜੀ ਜ਼ਰੂਰ ਜ਼ਰੂਰ ਭਾਜੀ ਆਊਂਗਾ। ਤੁਸੀਂ ਕਿਹੜਾ ਖਾਣਾ ਭਾਜੀ? ਵੈਸੇ ਬਹੁਤ ਵਧੀਆ ਲੱਗਾ ਤੁਸੀਂ ਫੋਨ ਕੀਤਾ ਮਿਹਰਬਾਨੀ ਭਾਜੀ। ਭਾਜੀ ਏਸੀ ਕਿੰਨੇ ਦਾ? ਏਸੀ ਫ੍ਰੀ ਹੈ ਯਾਰ ਤੇਰੇ ਵਾਸਤੇ। ਤੇਰੇ ਕੋ ਕੀ ਲੈਣਾ ਹੈ? ਤੂੰ ਤਾਂ ਸਮਾਇਆ ਗਿਆ। ਅੱਛਾ ਅੱਛਾ ਸ਼ੁਕਰੀਆ ਭਾਜੀ। ਮੈਨੂੰ ਪਤਾ ਹੁੰਦਾ ਕਿਸਮੇ ਤੋਂ ਮੈਂ ਕਦੀ ਫੋਨ ਨਹੀਂ ਸੁਣਨਾ ਤੇਰਾ। ਅੱਲਾ ਵੱਲੋਂ ਕਾਲ ਲੱਗੀ। ਲੇਕਿਨ ਭਾਜੀ ਤੁਸੀਂ ਬਹੁਤ ਤਪਦੇ ਹੋ। ਬਸ ਪਤਾ ਕੀ ਹੈ, ਸਾਰਾ ਦਿਨ ਕੰਮ ਦਾ ਟਾਈਮ ਹੁੰਦਾ, ਲੋਕੀ ਤੰਗ ਬਹੁਤ ਕਰਦੇ ਨੇ ਕਿ ਅੱਗੇ ਪਿੱਛੇ। ਅੱਜ ਤੂੰ ਕਰ ਰਿਹਾ ਨਾ? ਹਾਂਜੀ। ਇੰਨਾ ਤਾਂ ਨਹੀਂ ਕਰਦੇ, ਲੇਕਿਨ ਕਿ ਅੱਜ ਬਹੁਤ ਹੀ ਹੋ ਗਿਆ। ਹਾਂਜੀ ਹਾਂਜੀ ਭਾਜੀ, ਅੱਲਾ ਪਾਕ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ, ਜਿਉਂਦੇ ਰਹੋ। ਬੜੀ ਮਿਹਰਬਾਨੀ ਭਾਈ ਨੇ, ਆਓ ਜਦੋਂ ਮਰਜ਼ੀ ਆਓ, ਇੱਥੇ ਨੁੱਕਰ ਤੇ ਮੇਰੀ ਕਾਰਪੋਰੇਸ਼ਨ ਦੁਕਾਨ ਹੈਗੀ। ਜੀ 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 ਭਾਜੀ ਨੇ ਤੁਹਾਨੂੰ ਫੋਨ ਨਹੀਂ ਦਿੱਤਾ? ਜੀ 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 ਉੱਥੇ ਆਓ ਜਦੋਂ, ਤੁਹਾਨੂੰ ਖਾਣਾ ਖਿਲਾਈਏ। ਜੀ ਜੀ ਭਾਜੀ ਜ਼ਰੂਰ ਭਾਜੀ, ਉਹ ਤਾਂ ਰੌਣਕ ਲੱਗੇਗੀ ਮਾਸ਼ਾਅੱਲਾ। ਠੀਕ ਹੈ ਭਾਜੀ, ਠੀਕ ਹੈ, ਜਿਉਂਦੇ ਰਹੋ ਭਾਜੀ। ਓਕੇ ਭਾਜੀ, ਓਕੇ ਭਾਜੀ, ਅੱਲਾ ਹਾਫਿਜ਼, ਅੱਲਾ ਹਾਫਿਜ਼।